ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਬਦਲਾਅ ਜਿਹੜਾ ਉਹ ਤੈਅ ਹੋ ਗਿਆ ਔਰ ਕਿਸ ਦੀ ਛੁੱਟੀ ਹੋਣੀ ਹੈ, ਕਿਸ ਨੂੰ ਝੰਡੀ ਵਾਲੀ ਕਾਰ ਮਿਲਣੀ ਹੈ, ਕਿਸ ਨੂੰ ਮੰਤਰੀ ਦੀ ਕੁਰਸੀ ਮਿਲਣੀ ਹੈ, ਉਸ ਤੇ ਅਸੀਂ ਅਹਿਮ ਜਿਹੜੀ ਹੈ ਚਰਚਾ ਕਰਨ ਜਾ ਰਹੇ ਹਾਂ। ਮੁੱਖ ਮੰਤਰੀ ਨੇ ਖੁਦ ਇਹਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਹੈਗਾ ਔਰ ਜਿਨ੍ਹਾਂ ਦੀ ਛੁੱਟੀ ਹੋਣੀ ਆ ਉਹਨਾਂ ਦੀ ਛੁੱਟੀ ਕਿਉਂ ਹੋਊਗੀ ਔਰ ਕਿੰਨੇ ਮੰਤਰੀਆਂ ਦੀ ਜਿਹੜੀ ਛੁੱਟੀ ਹੈ ਸਾਰੀ ਤੇ ਗੱਲਬਾਤ ਜਿਹੜੀ ਅਸੀਂ ਕਰਨੀ ਹੈ। ਬਹੁਤ ਵੱਡੇ ਪੱਧਰ ਤੇ ਬਦਲਾਵ ਜਿਹੜਾ ਇਸ ਜ਼ਿਮਨੀ ਇਲੈਕਸ਼ਨ ਤੋਂ ਬਾਅਦ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਦੇ ਅੰਦਰ। ਉਧਰ ਮੁੱਖ ਮੰਤਰੀ ਤੋਂ ਵੀ ਜਿਹੜਾ ਅਸਤੀਫਾ ਮੰਗਿਆ ਜਾ ਰਿਹਾ, ਕਿਉਂ ਮੰਗਿਆ ਜਾ ਰਿਹਾ ਗੱਲ ਇਸ ਤੇ ਵੀ ਕਰਨੀ ਹੈ। ਔਰ ਜੋ ਪੰਜਾਬ ਦੇ ਵਿੱਚ ਕੱਲ ਵਾਪਰਿਆ ਦੋ ਨਿਹੰਗਾਂ ਦੇ ਵੱਲੋਂ ਜਿਹੜਾ ਉਸ ਹਿੰਦੂ ਸਿਵ ਸੈਨਾ ਲੀਡਰ ਦੇ ਉੱਪਰ ਇੱਕ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਉਹ ਦੋ ਨੇ ਗ੍ਰਿਫਤਾਰ ਕਰ ਲਏ ਗਏ, ਕੀ ਕੁਝ ਖੁਲਾਸੇ ਉਹਦੇ ਵਿੱਚ ਹੋਏ ਹੈ ਔਰ ਕੌਣ ਪੰਜਾਬ ਨੂੰ ਲਾਂਬੂ ਲਾਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਹੈਗਾ, ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ। ਖਬਰਾਂ ਕੁਝ ਹੋਰ ਵੀ ਨੇ, ਮੇਰਾ ਪ੍ਰੋਫੈਸਰ ਮਨਜੀਤ ਸਿੰਘ ਨਾਨਕੀ ਸਾਹਿਬ ਜੁੜੇ ਆ, ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ। ਨਾਨਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨਾਨਕੀ ਸਾਹਿਬ ਆਪਾਂ ਨਾ ਰਾਤ ਦੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਭੱਟੀ ਸਾਹਿਬ ਦੇ ਨਾਲ ਗੱਲਬਾਤ ਕਰਕੇ ਹਟੇ ਹਾਂ, ਜੋ ਕੱਲ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਾਂ ਦੇਖਿਆ ਕਿ ਕੱਲ ਹਿੰਦੂ ਸ਼ਿਵ ਸੈਨਾ ਲੀਡਰ ਦੇ ਉੱਪਰ ਇੱਕ ਹਮਲਾ ਕਰ ਦਿੱਤਾ ਜਾਂਦਾ, ਦੋ ਨਿਹੰਗ ਸਿੰਘ ਦੇ ਬਾਣੇ ਦੇ ਅੰਦਰ ਲੋਕ ਜਿਹੜੇ ਦੋ ਹੁੰਦੇ ਆ ਔਰ ਬਾਅਦ ਦੇ ਵਿੱਚ ਉਹਤੇ ਹਮਲਾ ਕਰਕੇ ਉਹਦੀ ਸਕੂਟਰੀ ਲੈ ਕੇ ਹੀ ਜਿਹੜੇ ਉਹ ਫਰਾਰ ਹੋ ਜਾਂਦੇ ਆ ਔਰ ਬਾਅਦ ਦੇ ਵਿੱਚ ਸਾਰੇ ਦੇ ਸਾਰੇ ਦੋ ਜਿਹੜੇ ਆ ਉਹ ਉੱਥੋਂ ਦੇ ਪੁਲਿਸ ਕਮਿਸ਼ਨਰ ਦੇ ਉੱਪਰ ਬਣੇ ਜਾਂਦੇ ਆ, ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਹੀ ਪੁਲਿਸ ਕਮਿਸ਼ਨਰ ਨੂੰ ਦੱਸਤਾ ਸੀ ਕਿ ਸਾਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਸਗੋਂ ਦੀ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਘਟਾ ਦਿੱਤੀ ਗਈ। ਇਹੋ ਜਿਹੀਆਂ ਗੱਲਾਂ ਬਾਤਾਂ ਵੀ ਉੱਥੇ ਕਰਦੇ ਨਜ਼ਰ ਆਏ ਜਿਹੜੇ ਸ਼ਿਵ ਸੈਨਾ ਦੇ ਲੀਡਰ ਸੀਗੇ। ਤਾਂ ਹੁਣ ਇਹ ਮਾਮਲਾ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ, ਬੇਸ਼ੱਕ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਦੋਵਾਂ ਜਿਹੜੇ ਮੁਲਜ਼ਮਾਂ ਦੀਆਂ, ਪਰ ਇਹਦੇ ਤੇ ਮੁੱਖ ਮੰਤਰੀ ਨੂੰ, ਪੁਲਿਸ ਪ੍ਰਸ਼ਾਸਨ ਨੂੰ, ਲਾਅ ਐਂਡ ਆਰਡਰ ਦੇ ਮਸਲੇ ਦੇ ਉੱਪਰ ਵਿਰੋਧੀ ਜਿਹੜੇ ਆ ਉਹ ਲਗਾਤਾਰ ਘੇਰੇ ਆ, ਪਹਿਲਾਂ ਵੀ ਤੇ ਹੁਣ ਫੇਰ। ਹੁਣ ਇੱਕ ਪਾਸੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਜਾ ਰਿਹਾ, ਕਹਿੰਦੇ ਕਿ ਫੇਲ ਗ੍ਰਹਿ ਮੰਤਰੀ ਆ, ਫੇਲ ਮੁੱਖ ਮੰਤਰੀ, ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ। ਅਸਤੀਫਾ ਚਲੋ ਵਿਰੋਧੀਆਂ ਦੇ ਮੰਗੇ ਤੇ ਤਾਂ ਦੇਣਾ ਕੀ ਹੈ, ਉਹਨਾਂ ਦੇ ਆਪਣੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੀ ਜਿਹੜਾ ਅਸਤੀਫਾ ਮੰਗ ਚੁੱਕਿਆ ਮੁੱਖ ਮੰਤਰੀ ਦਾ, ਉਹਦਾ ਉਹਨਾਂ ਨੇ ਉਹਦੀ ਗੌਰ ਜਿਹੜੀ ਆ ਉਹ ਨਹੀਂ ਕੀਤੀ, ਵਿਰੋਧੀਆਂ ਦੀ ਚਲੋ ਉਹਨੇ ਕੀ ਕਰਨੀ ਹੈ। ਪਰ ਮੁੱਖ ਮੰਤਰੀ ਦੇ ਉੱਪਰ ਜਿਹੋ ਜਿਹੇ ਸਵਾਲੀਆ ਚਿੰਨ ਚੱਲ ਰਹੇ ਆ, ਬਹੁਤੇ ਲੰਬੀ ਰੇਸ ਦੇ ਘੋੜੇ ਮੁੱਖ ਮੰਤਰੀ ਲੱਗ ਨਹੀਂ ਰਹੇ, ਬਹੁਤਾ ਲੰਬਾ ਸਮਾਂ ਇਸ ਤਰੀਕੇ ਨਾਲ ਲਗੜਾ ਕੇ ਚੱਲਿਆ ਨਹੀਂ ਜਾਣਾ। ਅਨਕ ਸਾਹਿਬ ਕਿਵੇਂ ਦੇਖ ਰਹੇ ਹੋ ਔਰ ਉਹ ਜਿਹੜੇ ਦੋ ਮੁਲਜ਼ਮ ਫੜੇ ਗਏ ਆ ਉਹਨਾਂ ਨੇ ਕੀ ਕੁਝ ਖੁਲਾਸੇ ਕੀਤੇ? ਸੁਖਵਿੰਦਰ ਜੀ, ਤੁਸੀਂ ਕੱਲ ਦੀ ਗੱਲ ਕੀਤੀ ਕਿ ਕੱਲ ਦੋ ਨਿਹੰਗ ਸਿੰਘਾਂ ਵੱਲੋਂ ਇੱਕ ਹਿੰਦੂ ਸ਼ਿਵ ਸੈਨਾ ਨੇਤਾ ਤੇ ਹਮਲਾ ਕੀਤਾ ਜਾਂਦਾ ਤੇ ਪੰਜਾਬ ਦੇ ਹਾਲਾਤ ਜਿਸ ਤਰੀਕੇ ਦਾ ਬਣਦੇ ਜਾਂ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਕਿਸ ਤਰੀਕੇ ਦਾ ਪ੍ਰਚਾਰ ਕਰਦੀ ਜਾਂ ਉਹਨਾਂ ਕੋਲ ਅਸਤੀਫਾ ਮੰਗਦੀਆਂ ਨੇ, ਸੁਖਵਿੰਦਰ ਜੀ ਇਸ ਗੱਲ ਨੂੰ ਤਾਂ ਤੁਸੀਂ ਰਹਿਣ ਦਿਓ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸੋ ਕਿ ਕਿਹੜਾ ਦਿਨ ਆ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਸੁਰੱਖਿਅਤ ਲੰਘਿਆ? ਜੇਕਰ ਕਤਲ ਹੁੰਦੇ ਆ ਤਾਂ ਬੜੇ ਵੱਡੇ ਪੱਧਰ ਤੇ ਕਤਲ ਹੁੰਦੇ ਆ, ਸਿੱਧੂ ਮੂਸੇਵਾਲ ਦਾ ਕਤਲ ਵੇਖ ਲਓ, ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਿੰਦੂ ਸ਼ਿਵ ਸੈਨਾ ਲੀਡਰ ਜਿਹੜਾ ਹਿੰਦੂ ਨੇਤਾ ਸੀ ਸੁਦੀਪ ਸੂਰੀ, ਉਹਦਾ ਕਤਲ ਕਿਸ ਤਰੀਕੇ ਦਾ ਹੁੰਦਾ? ਇਹ ਦੋ ਕਤਲ ਜਿਹੜੇ ਬੜੇ ਮਹੱਤਵਪੂਰਨ ਕਤਲ ਦੇ, ਪੁਲਿਸ ਦੀ ਮੌਜੂਦਗੀ ਚ ਸੂਰੀ ਦਾ ਕਤਲ ਜਿਹੜਾ ਹੋ ਗਿਆ ਸੀ, ਦੂਜੇ ਪਾਸੇ ਸਿੱਧੂ ਮੂਸੇਵਾਲ ਦਾ ਕਤਲ ਜਿਹੜਾ ਕਿਸ ਤਰੀਕੇ ਦਾ ਹੋਇਆ ਸਾਰਿਆਂ ਲੋਕਾਂ ਨੂੰ ਪਤਾ। ਹੁਣ ਕੱਲ ਨਿਹੰਗ ਸਿੰਘਾਂ ਵੱਲੋਂ ਜਾ ਕੇ ਹਮਲਾ ਜਿਹੜਾ ਕੀਤਾ ਜਾਂਦਾ, ਔਰ ਤੁਹਾਨੂੰ ਮੈਂ ਇਹ ਵੀ ਗੱਲ ਕਰਾਂ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਮੇਰਾ ਖਿਆਲ ਲੁਧਿਆਣੇ ਚ ਕੀਤੀ ਸੀ ਜਾਂ ਪਤਾ ਨਹੀਂ ਕਿੱਥੇ ਕੀਤੀ ਸੀ, ਜਦੋਂ ਵੀ ਲਾਅ ਐਂਡ ਆਰਡਰ ਬੜਾ ਵਿਖ ਰਿਹਾ ਸੀ, ਤਾਂ ਕਹਿੰਦੇ ਸੀ ਕਿ ਜਿਹੜਾ ਇੱਕ ਚੌਂਕ ਤੋਂ ਕੋਈ ਬੰਦਾ ਹਰਕਤ ਕਰਕੇ ਭੱਜਦਾ ਤਾਂ ਫਿਰ ਉਹ ਇਸ ਗੱਲ ਨੂੰ ਮੰਨ ਕਿ ਅਗਲੇ ਚੌਂਕ ਤੱਕ ਉਸਨੇ ਪਹੁੰਚਣਾ ਜਾਂ ਨਹੀਂ ਪਹੁੰਚਣਾ ਇਹ ਉਸਦੀ ਜ਼ਿੰਮੇਵਾਰੀ ਹੈ, ਤਾਂ ਉਹ ਸੋਚ ਸਮਝ ਕੇ ਗੱਲ ਕਰੋ। ਮੁੱਖ ਮੰਤਰੀ ਸਾਹਿਬ ਨੇ ਤਾੜਨਾ ਕੀਤੀ ਸੀ ਸਮਾਜ ਵਿਰੋਧੀ ਅਨਸਰਾਂ ਨੂੰ, ਤਾਂ ਹੁਣ ਤੁਸੀਂ ਵੇਖ ਲਓ ਉਹਨਾਂ ਤਾੜਨਾ ਦਾ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆਦੇਸ਼ ਇਹੋ ਜਿਹੇ ਹੁੰਦੇ ਆ ਉਹਨਾਂ ਦੇ ਉਲਟ
ਅਮਨ ਤੇ ਕਾਨੂੰਨ ਦੀ ਸਥਿਤੀ ਸੁਖਵਿੰਦਰ ਜੀ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰੀਕੇ ਨਾਲ ਪਹਿਲਾਂ ਸੀ। ਤੇ ਇਸ ਦਾ ਕਾਰਨ ਸ਼ਾਇਦ ਉਹੀ ਕਾਰਨ ਆ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ, ਜਿਹੜੇ ਗ੍ਰਹਿ ਮੰਤਰੀ ਵੀ ਆ, ਦੋ ਮਹਿਕਮੇ ਤਾਂ ਉਹਨਾਂ ਨੇ ਰੱਖ ਲਏ, ਪਰ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਕੋਲ ਇੱਕ ਵੀ ਮਹਿਕਮੇ ਦੀ ਠੀਕ ਤਰੀਕੇ ਨਾਲ ਨਹੀਂ ਨਿਭਾਈ ਜਾ ਰਹੀ। ਪੰਜਾਬ ਦਾ ਗ੍ਰਹਿ ਮੰਤਰੀ, ਮੁੱਖ ਮੰਤਰੀ ਦੋਵੇਂ ਉਹਦੇ ਕੋਲ ਅਹੁਦੇ ਹੋਣ, ਤੇ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਆਏ ਦਿਨ ਲੋਕਾਂ ਨੂੰ ਧਮਕੀਆਂ ਦੀਆਂ ਕਾਰਵਾਈਆਂ, ਧਮਕੀਆਂ ਦੇ ਫੋਨ, ਜਿਹੜੀ ਰੰਗਦਾਰੀ ਲੈਣ ਦੀ ਇਹ ਗੱਲ, ਤੇ ਇਹੋ ਜਿਹੇ ਕਤਲ ਜਿਹੜੇ ਨੇ, ਸੁਖਵਿੰਦਰ ਜੀ ਪੂਰਨ ਤੌਰ ਤੇ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਵੀ ਕੋਈ ਹੋਵੇ ਉਸ ਦੀ ਬਣਦੀ ਹੈਗੀ ਹੈ। ਬੀਤੇ ਸਮੇਂ ਦੇ ਵਿੱਚ ਵੀ ਲੋਕੀ ਕਹਿੰਦੇ ਘਟਨਾਵਾਂ ਅਪਰਾਧ ਹੁੰਦੇ ਰਹੇ ਨੇ, ਕਾਂਗਰਸ ਸਰਕਾਰ ਵਿੱਚ ਸਮੇਂ ਵੀ ਹੁੰਦੇ ਹੋਣਗੇ, ਅਕਾਲੀ ਸਰਕਾਰ ਦੇ ਸਮੇਂ ਵੀ ਹੁੰਦੇ ਹੋਣਗੇ, ਪਰ ਜਿਹੋ ਜਿਹੀਆਂ ਸਥਿਤੀਆਂ ਸਿੱਧੂ ਸਾਹਿਬ ਹੋਣੇ ਆ ਇਸ ਵੇਲੇ, ਇਹੋ ਜਿਹੀਆਂ ਸਥਿਤੀਆਂ ਮੈਂ ਤੇ ਪਿਛਲੇ 15-20 ਸਾਲਾਂ 'ਚ ਕਦੇ ਨਹੀਂ ਵੇਖੀਆਂ। ਹਾਲਾਂਕਿ ਅਕਾਲੀ ਦਲ ਦੇ ਸਮੇਂ ਵੀ ਇੱਕ ASI ਦਾ ਕਤਲ ਜਿਹੜਾ ਸੀ ਉਹ ਹੋਇਆ ਸੀ ਛਿਆਟੇ ਦੇ ਵਿੱਚ, ਪਰ ਇੰਨੇ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਬੇਖੌਫਤਾ ਜਿਹੜੀ ਉਦੋਂ ਨਹੀਂ ਸੀ ਜਿਹੜੀ ਹੁਣ ਜਿਸ ਤਰੀਕੇ ਨਾਲ ਚੱਲਦੀ ਪਈ ਹੈ। ਚਲੋ ਇਹ ਤਾਂ ਗੱਲ ਇੱਕ ਜਨਰਲ ਵਿਊ ਦੀ ਗੱਲ ਕਰਦੀ। ਹੁਣ ਕੱਲ ਨਿਹੰਗ ਸਿੰਘਾਂ ਵੱਲੋਂ ਉਸ ਹਿੰਦੂ ਨੇਤਾ ਦੇ ਉੱਤੇ ਅਟੈਕ ਕੀਤਾ ਜਾਂਦਾ ਜਿੱਥਾਂ ਸੰਬੰਧ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਨਾਲ ਜਾ ਕੇ ਮਿਲਦਾ ਹੈਗਾ। ਉਹ ਬੰਦਾ ਘਰੋਂ ਨਿਕਲਦਾ, ਦੋ ਨਿਹੰਗ ਜਿਹੜੇ ਸਿੰਘ ਜਿਹੜੇ ਉਹ ਉਹਦੇ ਤੇ ਹਮਲਾ ਕਰਦੇ, ਤੀਜਾ ਨਿਹੰਗ ਸਿੰਘ ਜਿਹੜਾ ਉਹਦੇ ਗਨਮੈਨ ਨੂੰ ਲੈ ਕੇ ਸਾਈਡ ਤੇ ਉਹਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਦਾ ਰਹਿੰਦਾ। ਹੁਣ ਗਨਮੈਨ ਨੇ ਉਸ ਸਮੇਂ ਕਿਉਂ ਨਹੀਂ ਭੂਮਿਕਾ ਨਿਭਾਈ, ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈਗਾ। ਤਾਂ ਉਹ ਨਿਹੰਗ ਸਿੰਘ ਇੰਨੀ ਜਿਹੜੇ ਵੀਡੀਓ ਸਾਹਮਣੇ ਹੋਏ ਨੇ, ਵੀਡੀਓ ਵੇਖ ਕੇ ਬੰਦੇ ਦਾ ਮਨ ਵਿਚਲਿਤ ਹੋ ਜਾਂਦਾ। ਆਮ ਬੰਦਾ ਉਸ ਵੀਡੀਓ ਨੂੰ ਵੇਖ ਨਹੀਂ ਸਕਦਾ ਕਿਉਂਕਿ ਉਹ ਬੰਦਾ ਇੱਕ ਹੱਥ ਜੋੜ ਕੇ ਖਲੋਤਾ ਤੇ ਨਿਹੰਗ ਸਿੰਘ ਉੱਤੇ ਕਿਰਪਾਨਾਂ ਦੇ ਜਿਹੜੇ ਉਹ ਵਾਰ ਕਰ ਰਹੇ ਆ। ਉਹ ਬੰਦਾ ਥੱਲੇ ਡਿੱਗ ਪੈਂਦਾ, ਉਸ ਤੋਂ ਬਾਅਦ ਉਹ ਚਲੇ ਜਾਂਦੇ, ਉਹਦੀ ਸਕੂਟਰੀ ਲੈ ਕੇ ਫਰਾਰ ਹੋ ਜਾਂਦੇ। ਪੁਲਿਸ ਨੇ ਉਸ ਸਕੂਟਰੀ ਸਮੇਤ ਦੋ ਨਿਹੰਗ ਜਿਹੜੇ ਗ੍ਰਿਫਤਾਰ ਕਰ ਲਏ ਆ, ਤੇ ਇਹ ਗੱਲ ਕਹੀ ਗਈ ਸਮਝਿਆ ਜਾ ਰਿਹਾ ਕਿ ਉਹ ਬੁੱਢਾ ਦਰ ਨਾਲ ਸੰਬੰਧਿਤ ਆ। ਅੱਛਾ, ਦੂਜੇ ਪਾਸੇ ਬੇਖੌਫ ਤਾਂ ਉਹਨਾਂ ਬੰਦੇ ਦੀ ਇਹਨਾਂ ਵੇਖ ਲਓ ਇੱਕ ਵੀਡੀਓ ਵਾਇਰਲ ਕਰ ਦਿੰਦੇ ਆ ਜਿਹਦੇ ਵਿੱਚ ਕਹਿੰਦੇ ਆ ਕਿ ਹਾਂ ਭਾਈ ਇਹ ਗੁਰੂ ਮਹਾਰਾਜ ਨੇ ਸਾਡੀ ਸੇਵਾ ਲਈ, ਸਾਡੇ ਕੋਲ ਸੇਵਾ ਲਈ ਆ, ਜਿਹੜਾ ਵੀ ਬੰਦਾ ਸਿੱਖ ਧਰਮ ਦੇ ਜਾਂ ਪੰਥ ਦੇ ਖਿਲਾਫ਼ ਕੋਈ ਗੱਲਾਂ ਕਰੂਗਾ ਉਹਨੂੰ ਅਸੀਂ ਤਾਂ ਇਸੇ ਤਰੀਕੇ ਨਾਲ ਸੋਧਾਂਗੇ। ਹੁਣ ਤੁਸੀਂ ਇਹ ਵੇਖ ਲਓ ਕਿ ਇੱਕ ਪਾਸੇ ਉਹਨਾਂ ਦੇ ਕਿਰਪਾਨਾਂ ਦਾ ਸ਼ਿਕਾਰ ਬੰਦਾ ਉੱਥੇ ਲੰਮੇ ਪਿਆ, ਦੂਜੇ ਪਾਸੇ ਬੇਖੌਫ ਤਾਂ ਇੰਨੀ ਆ ਕਿ ਉਹਨਾਂ ਦੇ ਬੰਦੇ ਆਣ ਕੇ ਵੀਡੀਓ ਵਾਇਰਲ ਕਰ ਰਹੇ ਆ, ਤੇ ਮੁੱਖ ਮੰਤਰੀ ਸਾਹਿਬ ਨੂੰ ਵਿਹਲ ਹੀ ਹੈ ਨਹੀਂ ਆ ਕਿਉਂਕਿ ਉਹਨਾਂ ਦੇ ਜ਼ਿਮਨੀ ਚੋਣਾਂ 'ਚ ਬਿਜ਼ੀ ਆ। ਤੇ ਜੇਕਰ ਮੁੱਖ ਮੰਤਰੀ ਸਾਹਿਬ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਸਮਝਦੇ ਹੁੰਦੇ, ਅੱਜ ਚੋਣਾਂ ਇਹ ਜ਼ਿਮਨੀ ਚੋਣਾਂ, ਪੰਚਾਇਤ ਚੋਣਾਂ, ਨਗਰ ਨਿਗਮ ਦੀਆਂ ਚੋਣਾਂ, ਸਿੱਧੂ ਸਾਹਿਬ ਇਹ ਤਾਂ ਕੁਝ ਚੱਲਦਾ ਹੀ ਰਹਿਣਾ, ਪਰ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਵੀ ਇੱਕ ਨੈਤਿਕਤਾ ਦਾ ਇਹ ਫਰਜ਼ ਬਣਦਾ ਕਿ ਜਿਹੜੇ ਕੰਮਾਂ ਵਾਸਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਉੱਥੇ ਚੁਣ ਕੇ ਭੇਜਿਆ, ਪ੍ਰਾਇੋਰਟੀ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਸਿੱਧੂ ਸਾਹਿਬ ਹੁੰਦੀ ਆ, ਬਾਕੀ ਤੁਸੀਂ ਫੰਡ ਦੇਣੇ ਆ, ਵਿਕਾਸ ਦੇ ਕੰਮ ਕਰਦੇ ਨਹੀਂ ਕਰਦੇ, ਟੱਠੇ ਹੂਝ ਪਾਓ, ਪਰ ਘੱਟੋ ਘੱਟ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਸਿੱਧੂ ਸਾਹਿਬ ਇਹ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ। ਤੇ ਜੇਕਰ ਦਿਨ ਦਿਹਾੜੇ ਚਿੱਟੇ ਦਿਨੇ ਇਹੋ ਜਿਹੇ ਬੰਦੇ, ਕੋਈ ਵੀ ਬੰਦੇ ਜਿਹੜੇ ਨੇ ਕਿਸੇ ਦੇ ਹਮਲਾ ਕਰਦੇ ਆ, ਕਿਸੇ ਦੇ ਟੈਲੀਫੋਨ ਕਰਕੇ ਉਹਦੇ ਕੋਲ ਰੰਗਦਾਰੀ ਮੰਗਦੇ ਆ, ਪੈਸੇ ਮੰਗਦੇ ਆ, ਤਾਂ ਫਿਰ ਇਸ ਤੋਂ ਵੱਡੀ ਉਸ ਗ੍ਰਹਿ ਮੰਤਰੀ ਦੀ ਅਸਫਲਤਾ ਕੀ ਹੋ ਸਕਦੀ ਆ ਕਿ ਜਿਹੜਾ ਬੰਦਾ ਆਪਣੀ ਠੀਕ ਤਰੀਕੇ ਨਾਲ ਭੂਮਿਕਾ ਹੀ ਨਹੀਂ ਨਿਭਾ ਸਕਦਾ। ਉਹ ਕਹਿਣਗੇ ਜੀ ਮੈਂ ਚੋਣਾਂ, ਉਹਨਾਂ ਵਾਸਤੇ ਚੋਣਾਂ ਜਿਹੜੀਆਂ ਨੇ ਮੁੱਖ ਮੰਤਰੀ ਵਾਸਤੇ ਪ੍ਰਾਇੋਰਟੀ ਨਹੀਂ ਹੈਗੀਆਂ, ਲੋਕਾਂ ਦੇ ਜਾਨ ਤੇ ਮਾਲ ਦੀ ਹਿਫਾਜ਼ਤ ਕਰਨਾ ਉਹਨਾਂ ਦਾ ਫਰਜ਼ ਆ। ਹੁਣ ਠੀਕ ਹੈ, ਇਹਦੇ ਉੱਤੇ ਰਾਜਨੀਤੀ ਤਾਂ ਸੁਖਵਿੰਦਰ ਜੀ ਹੋਣੀ ਹੋਣੀ ਹੈ, ਪ੍ਰਤਾਪ ਸਿੰਘ ਬਾਜਵਾ ਹੋਣੀ ਵੀ ਆ ਗਏ, ਬੀਬੀ ਪੱਠਲ ਵੀ ਆਏ, ਹਰਸਿਮਰਤ ਕੌਰ ਬਾਦਲ ਨੇ ਵੀ ਬਿਆਨ ਦਿੱਤਾ, ਸਾਰੇ ਬੰਦਿਆਂ ਨੇ, BJP ਵੀ ਆ ਗਏ, ਸਾਰੇ ਬੰਦਿਆਂ ਨੇ ਬਿਆਨ ਦਿੱਤਾ, ਪਰ ਇਹਨਾਂ ਬਿਆਨਾਂ ਦਾ ਉਸ ਬੰਦੇ ਤੇ ਅਸਰ ਹੀ ਕੋਈ ਨਹੀਂ ਜਿਸ ਤਰ੍ਹਾਂ ਬੀਤੇ ਦੌਰ 'ਚ ਕੋਈ ਅਸਰ ਨਹੀਂ ਹੋਇਆ। ਤਾਂ ਸੁਖਵਿੰਦਰ ਜੀ ਜਿਹੜੇ ਲੋਕ ਨੇ, ਲੋਕ ਸਮਝਦਾਰ ਨੇ ਪੰਜਾਬ ਦੇ। ਜਦੋਂ ਦੀ ਆਮ ਆਦਮੀ ਪਾਰਟੀ, ਮੈਂ 2002 ਤੋਂ ਗੱਲ ਸ਼ੁਰੂ ਕਰ ਦਿੱਤੀ ਕਿ ਹੁਣ ਤੱਕ ਕਿੰਨੇ ਕੁ ਮਸਲੇ ਜਿਹੜੇ ਨੇ ਲਾਰਡ ਆਰਡਰ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਬਤੌਰ ਗ੍ਰਹਿ ਮੰਤਰੀ ਜਿਹੜੇ ਉਹਨਾਂ ਵੱਲੋਂ ਨਜਿੱਠੇ ਗਏ ਨੇ, ਧਮਕੀਆਂ ਬਿਲਕੁਲ ਸਖ਼ਤ ਸਟੈਂਡ ਦੇ ਦਿੰਦੇ ਨੇ, ਜਿਸ ਤਰੀਕੇ ਨਾਲ ਪੁਲਿਸ ਨੂੰ ਫ੍ਰੀ ਹੈਂਡ ਦੇਣ ਦੀ ਗੱਲ ਕੀਤੀ ਕਿ ਪੁਲਿਸ ਨੂੰ ਫ੍ਰੀ ਹੈਂਡ ਦੇ ਤਾ ਨਸ਼ੇ ਜਿਹੜੇ ਤੁਸੀਂ ਖਤਮ ਕਰ ਦਿਓ। ਤਾਂ ਕਮਰ ਵਿਜੇ ਪ੍ਰਤਾਪ ਸਿੰਘ ਨੇ ਉਠਾਤਾ ਕਿ ਮੈਂ 2 ਸਾਲ ਫਿਰ ਤੁਸੀਂ ਹੱਥ ਬੰਨ੍ਹ ਕੇ ਰੱਖੇ ਸੀ, ਬੜਾ ਇੱਕ ਵਾਜਬ ਪ੍ਰਸ਼ਨ ਹੈਗਾ। ਸੋ ਸਿੱਧੂ ਸਾਹਿਬ, ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ, ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਇਹ ਬਣਦੀ ਆ ਕਿ ਚੋਣਾਂ ਤੇ ਇੱਕ ਵਾਰੀ ਹੋਣੀਆਂ, ਚੋਣਾਂ ਤੇ ਚੱਲਦੀਆਂ ਰਹਿਣਗੀਆਂ 5 ਸਾਲਾਂ ਦੇ ਵਿੱਚ, ਪਰ ਜ਼ਰੂਰੀ ਆ ਕਿ ਜਿਸ ਤਰੀਕੇ ਦਾ ਪੰਜਾਬ ਦਾ ਇਸ ਵੇਲੇ ਮਾਹੌਲ ਬਣਿਆ,
ਉਸ ਮਾਹੌਲ ਦੇ ਵਿੱਚ ਹਰ ਸ਼ਹਿਰੀ ਹਰ ਨਾਗਰਿਕ ਜਿਹੜਾ ਅਸੁਰੱਖਿਅਤ ਦੀ ਭਾਵਨਾ ਦੇ ਵਿੱਚ ਗ੍ਰਸਤ ਹੈਗਾ ਉਹ ਸੋਚਦਾ ਕਿ ਹਾਂ ਭਾਈ ਅਸੀਂ ਬਦਲਾਅ ਦੇ ਨਾਂ ਤੇ ਇਸ ਪਾਰਟੀ ਨੂੰ ਲਿਆਂਦਾ ਸੀ ਪਰ ਕੰਮ ਜਿਹੜਾ ਸਿੱਧੂ ਸਾਹਿਬ ਅੱਗੇ ਨਾਲੋਂ ਜ਼ਿਆਦਾ ਵਿਗੜ ਗਿਆ। ਅਨੇਕ ਸਾਹਿਬ ਇਹ ਤਾਂ ਤੁਸੀਂ ਜਿਵੇਂ ਬਹੁਤ ਗੱਲਾਂ ਕਰਤੀਆਂ ਕਿ ਬਾਕੀ ਬੇਸ਼ਰਮੀ ਜੀ ਹੱਦ ਆ ਸਰਕਾਰ ਦੀ, ਠੀਕ ਹੈ ਮੁੱਖ ਮੰਤਰੀ ਨੇ ਅਸਤੀਫਾ ਤਾਂ ਚਲੋ ਕਿੱਥੋਂ ਦੇਣਾ, ਬੇਸ਼ੱਕ ਵਿਰੋਧੀਆਂ ਦੇ ਨਾਲ ਨਾਲ ਆਪਣੇ ਵੀ ਜਿਹੜੇ ਉਹਨਾਂ ਦੇ ਵਿਧਾਇਕ ਅਸਤੀਫਾ ਮੰਗ ਰਹੇ ਹੋਣ, ਅਸਤੀਫਾ ਅਸਤੂਫਾ ਉਹਨਾਂ ਨੇ ਕੀ ਦੇਣਾ ਹੁੰਦਾ, ਇਹ ਤੇ ਹਾਰਨ ਤੋਂ ਬਾਅਦ ਵੀ ਨੀ ਤੁਹਾਨੂੰ ਪਤਾ ਅਸਤੀਫੇ ਦਿੰਦੇ ਛੇਤੀ ਕਿਤੇ, ਉਹ ਵੀ ਖਿੱਚ ਖਿੱਚ ਲਾਉਣੇ ਪੈਂਦੇ ਆ। ਹੁਣ ਉਹਨਾਂ ਨੇ ਨੈਤਿਕਤਾ ਨੂਤਿਕਤਾ ਨਾਲੇ ਜਿਹੜਾ ਬੰਦਾ ਪੋਲੀਟਿਕਸ ਦੇ ਵਿੱਚ ਆ ਗਿਆ ਜਾਂ ਪੁਲਿਸ ਦੇ ਵਿੱਚ ਆ ਗਿਆ ਜਾਂ ਸਾਡੀ ਪੱਤਰਕਾਰੀ ਦੇ ਵਿੱਚ ਆ ਗਿਆ, ਇਹ ਤਿੰਨੇ ਪੱਪੇ ਤਾਂ ਵਾਕਈ ਇਹ ਲੋਕਾਂ ਨੂੰ ਮਤਲਬ ਹੈਰਾਨ ਕਰਨ ਵਾਲੇ ਆ, ਔਰ ਇਹਨਾਂ ਨੇ ਸ਼ਰਮੀ ਤਿੰਨੇ ਪੱਪਿਆਂ ਨੇ ਲਾਤੀ ਹੈ, ਪੱਪਾ ਪੱਤਰਕਾਰ, ਪੱਪਾ ਪੋਲੀਟੀਸ਼ੀਅਨ, ਪੱਪਾ ਪੁਲਿਸ, ਇਹਨਾਂ ਨੇ ਬੇੜਾ ਹੀ ਕਰਕੇ ਜਿਹੜਾ ਉਹ ਕਰ ਦਿੱਤਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਪਰ ਗੱਲ ਇਹ ਆ ਵੀ ਇਹਨਾਂ ਨੇ ਕੀ ਅਸਤੀਫਾ ਅਸਤੂਫਾ ਅਣਖੀ ਸਾਹਿਬ ਦੇਣਾ ਮੁੱਖ ਮੰਤਰੀ ਦੇ ਅਹੁਦੇ ਤੋਂ। ਘੱਟੋ ਘੱਟ ਮੁੱਖ ਮੰਤਰੀ ਸਾਹਿਬ ਇੰਨੀ ਸ਼ਰਮ ਨੂੰ ਹੱਥ ਮਾਰ ਲੈਣ ਕਿ ਸਭ ਤੋਂ ਵੱਧ ਮੈਨੂੰ ਲੱਗਦਾ ਕਿ ਦੇਸ਼ ਦਾ ਇੱਕੋ ਇੱਕ ਮੁੱਖ ਮੰਤਰੀ ਹੋਊ ਭਗਵੰਤ ਮਾਨ ਜਿਹਦੇ ਕੋਲ ਸਭ ਤੋਂ ਵੱਧ ਜਿਹੜੇ ਉਹ ਮਹਿਕਮੇ ਆ, ਔਰ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੁੰਦਾ, ਉਹਦੇ ਤੋਂ ਅਸਤੀਫਾ ਕੀ ਦੇਣਾ, ਘੱਟੋ ਘੱਟ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ, ਕੋਈ ਵਾਜਬ ਜਾਂ ਕੋਈ ਕਹਿ ਦਈਏ ਕਿ ਇੱਕ ਲਾਇਕ ਕਿਸੇ ਬੰਦੇ ਨੂੰ ਇਹ ਮਹਿਕਮਾ ਦੇ ਦੇਣ। ਜੇ ਉਹਨੇ ਮਹਿਕਮਾ ਸਹੀ ਚਲਾ ਤਾ ਤਾਂ ਫਿਰ ਤੁਹਾਡੀ ਬੱਲੇ ਬੱਲੇ ਆ, ਔਰ ਜੇ ਨਾ ਚਲਾਇਆ ਜਾ ਸਕਿਆ ਤਾਂ ਉਹਦੀ ਥੱਲੇ ਥੱਲੇ ਆ। ਕਹਿਣ ਦਾ ਭਾਵ ਕੁੰਵਰ ਵਿਜੇ ਪ੍ਰਤਾਪ ਵਰਗੇ ਇੱਕ ਲਾਇਕ ਬੰਦੇ ਨੂੰ ਜਿਹੜਾ ਤੁਸੀਂ ਉਹਦੇ ਨਾਲ ਗੱਲ ਵੀ ਨੀ ਕਰ ਰਹੀ ਸਮਝਦੇ ਜ਼ਰੂਰੀ, ਪਰ ਹੁਣ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਆਪ ਹੀ ਇਹਨਾਂ ਦੀਆਂ ਮੀਟਿੰਗਾਂ ਦਾ ਜਿਹੜਾ ਉਹ ਬਾਈਕਾਟ ਕਰ ਚੁੱਕਿਆ, ਉਹ ਕਹਿੰਦੇ ਕਿ ਇਹ ਬੇਅਦਬੀ ਹੈ ਤੇ ਗੋਲੀਕਾਂਡ ਦੇ ਮੁੱਦਿਆਂ ਤੇ ਕੁਝ ਕਰ ਨਹੀਂ ਰਹੇ, ਜਿੰਨਾ ਟਾਈਮ ਕੁਝ ਕਰਦੇ ਨੀ ਉਹਨਾਂ ਟਾਈਮ ਇਹਨਾਂ ਦਾ ਮੀਟਿੰਗ ਵੀ ਨੀ ਕਰੂੰਗਾ। ਉਹ ਬੰਦਾ ਇਹਦੀ ਸਲਾਮ ਉਹ ਬੰਦੇ ਨੂੰ ਸਾਡੀ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ, ਪਰ ਗੱਲ ਇਹ ਆ ਵੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਜਦੋਂ ਦੂਜੇ ਮੰਤਰੀਆਂ ਦੇ ਮਹਿਕਮੇ ਤੁਸੀਂ ਖੋਲਦੇ ਹੋ ਕਿ ਕਾਰਗੁਜ਼ਾਰੀ ਵਧੀਆ ਨਹੀਂ, ਫਿਰ ਗ੍ਰਹਿ ਮੰਤਰੀ ਦੇ ਤੌਰ ਤੇ ਮੁੱਖ ਮੰਤਰੀ ਆਪਣੀ ਕਾਰਗੁਜ਼ਾਰੀ ਜਿਹੜੀ ਆ ਉਹ ਦੇਖ ਲੈਣ ਕਿੰਨੀ ਕੁ ਵਧੀਆ ਹੈਗੀ ਆ। ਇਸ ਕਰਕੇ ਸ਼ਰਮ ਨੂੰ ਹੱਥ ਮਾਰ ਲੈਣਾ ਚਾਹੀਦਾ, ਕਿਸੇ ਲਾਇਕ ਬੰਦੇ ਨੂੰ ਗ੍ਰਹਿ ਮੰਤਰੀ ਲਾ ਦੇਣ। ਸੁਖਵਿੰਦਰ ਜੀ ਇੱਕ ਸਧਾਰਨ ਪ੍ਰਸ਼ਨ ਆ ਕਿ ਲਾਇਕ ਬੰਦਾ ਹੈ ਕਿਹੜਾ? ਅੱਜ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਲਾਇਕ ਬੰਦਾ ਇਹਨਾਂ ਨੇ ਰਹਿਣ ਦਿੱਤਾ? ਦਿੱਲੀ ਤੋਂ ਲੈ ਕੇ ਤੁਸੀਂ ਪੰਜਾਬ ਤੱਕ ਵੇਖ ਲਓ, ਜਿਹੜੇ ਵੀ ਲਾਇਕ ਬੰਦੇ ਸਨ, ਜਿਹੜੇ ਵੀ ਬੰਦੇ ਲੱਗਦੇ ਸੀ ਕਿ ਹਾਂ ਵੀ ਕੁਝ ਕਰ ਸਕਦੇ ਆ, ਚਾਹੇ ਦਿੱਲੀ ਹਾਈਕਮਾਨ ਨੇ ਦਿੱਲੀ ਤੋਂ ਪਰਾਂ ਕਰਤੇ, ਚਾਹੇ ਪੰਜਾਬ ਦੇ ਵਿੱਚੋਂ ਖਤਮ ਕਰਤੇ, ਕੇਵਲ ਤੇ ਕੇਵਲ ਝੋਲੀ ਚੁੱਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਾਂ ਮੁੱਖ ਮੰਤਰੀ ਸਾਹਿਬ ਨੇ ਰੱਖਿਆ। ਦਿੱਲੀ ਦੇ ਵਿੱਚ ਬੜੀ ਲੰਮੀ ਫਰਿਸ਼ਤ ਆ ਆਮ ਆਦਮੀ ਪਾਰਟੀ ਦੇ ਲਾਇਕ ਬੰਦਿਆਂ ਦੀ, ਜਿਹਨਾਂ ਵਿੱਚ ਜੋਗਿੰਦਰ ਯਾਦਵ ਦਾ ਨਾਂ, ਪ੍ਰਸ਼ਾਂਤ ਭੂਸ਼ਣ ਦਾ ਨਾਂ, ਕਈ ਨਾਮ ਨੇ, ਕੁਮਾਰ ਵਿਸ਼ਵਾਸ ਦਾ ਨਾਂ, ਅਲਕਾ ਲਾਂਬਾ ਦਾ ਨਾਮ ਜਿਹੜੇ ਬਾਅਦ ਚ ਉੱਤਰ ਚੜ੍ਹ ਗਏ, ਕਿੰਨੇ ਨਾਮ ਨੇ ਕਿ ਜਿਹਨਾਂ ਨੇ ਇੱਕ ਟੀਮ ਦੇ ਵਿੱਚ ਕੰਮ ਸ਼ੁਰੂ ਕੀਤਾ, ਪਰ ਹੌਲੀ 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 ਅਰਵਿੰਦ ਕੇਜਰੀਵਾਲ ਨੇ ਸਾਰਿਆਂ ਨੂੰ ਸੰਗਣਾ ਜਿਹੜਾ ਉਹ ਸ਼ੁਰੂ ਕਰਤਾ, ਤੇ ਸੰਗਣ ਦਾ ਨਤੀਜਾ ਇਹੋ ਹੀ ਹੋਇਆ ਜਿਹੜੇ ਹਾਲਾਤ ਉਹਦੇ ਇਸ ਵੇਲੇ ਬਣੇ ਨੇ। ਪੰਜਾਬ ਦੀ ਜੇਕਰ ਗੱਲ ਕਰ ਲਓ ਤਾਂ ਪੰਜਾਬ ਦੇ ਵਿੱਚ ਵੀ ਕਿੰਨੇ ਲਾਇਕ ਬੰਦੇ ਸੀ ਜਦੋਂ ਪਹਿਲਾਂ ਆਪਣੇ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਤੋਂ ਪਹਿਲਾਂ ਜਿਹੜੇ ਬੰਦੇ ਸ਼ਾਂਤ ਤੇ ਗਏ ਭਗਵੰਤ ਮਾਨ ਹੋਣਾ ਵੱਲੋਂ, ਜਿਹੜੇ ਸੱਚਾ ਸਿੰਘ ਛੋਟੇ ਪੁੱਤ ਕਬਰ ਜਿਹੜਾ ਪੱਤਰਕਾਰ ਸੀ ਆਪਣਾ ਉਹਦਾ ਨਾਮ ਮੈਨੂੰ ਭੁੱਲ ਗਿਆ, ਦੂਜੇ ਪਾਸੇ ਫੁਲਕਾ ਸਾਹਿਬ, ਹੋਰ ਕਿੰਨੇ ਬੰਦੇ ਸੀ ਨਾਮੀ ਸੁਖਪਾਲ ਸਿੰਘ ਖਹਿਰਾ, ਉਹ ਕਿੰਨੇ ਬੰਦੇ ਸਨ ਕਿ ਜਿਹੜੇ ਇੱਕ ਨਵੀਂ ਡਾਇਰੈਕਸ਼ਨ ਜਿਹੜੀ ਸੀ ਆਮ ਆਦਮੀ ਪਾਰਟੀ ਨੂੰ ਦੇ ਸਕਦੇ ਸਨ, ਪਰ ਸ਼ਾਇਦ ਭਗਵੰਤ ਮਾਨ ਉਹਨਾਂ ਨੂੰ ਇਹ ਪਸੰਦ ਹੀ ਨਹੀਂ ਆਇਆ ਕਿ ਹਾਂ ਭਾਈ ਲਾਇਕ ਬੰਦੇ ਜਿਹੜੇ ਨਾ ਰਹਿਣ, ਉਹ ਵੀ ਗੱਲ ਖਤਮ ਹੋ ਗਈ। ਹੁਣ ਕਬਰ ਵਿਜੇ ਪ੍ਰਤਾਪ ਸਿੰਘ ਵਰਗਾ ਸਾਬਕਾ IPS ਬੰਦਾ ਜਿਹੜਾ ਕਾਨੂੰਨ ਦੀ ਪੂਰਨ ਤੌਰ ਤੇ ਅੰਦਰ ਦੀਆਂ ਬਰੀਕੀਆਂ ਨੂੰ ਜਾਣਦਾ, ਬੀਤੇ 2.5 ਸਾਲਾਂ ਤੋਂ ਅਗਲਿਆਂ ਨੇ ਉਸ ਨੂੰ ਘਰ ਬਾਲਿਆ ਤੇ ਸਟਾਰਟਿੰਗ ਤੇ ਉਹਦੇ ਪੋਸਟਰ ਸਾਰੇ ਪੰਜਾਬ ਚ ਲਾਏ ਗਏ, ਵਰਤ ਕੇ ਉਹਨਾਂ ਨੂੰ ਘਰ ਬਾਲ ਦਿੱਤਾ ਗਿਆ, ਤਾਂ ਉਸ ਦਾ ਮਤਲਬ ਇਹੋ ਹੀ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚੋਂ ਭਗਵੰਤ ਮਾਨ ਦੇ ਕੱਦ ਤੋਂ ਉੱਚਾ ਨਾ ਹੋ ਜਾਵੇ, ਕੇਵਲ ਤੇ ਕੇਵਲ ਇਹ ਜਿਹੜਾ ਯਤਨ ਆ ਤਾਂ ਇਹ ਭਗਵੰਤ ਮਾਨ ਵੱਲੋਂ ਕੀਤਾ ਜਾਂਦਾ, ਤੇ ਇਹੋ ਹੀ ਕਾਰਨ ਆ ਕਿ ਸੁਖਵਿੰਦਰ ਜੀ ਮੁੱਖ ਮੰਤਰੀ ਸਾਹਿਬ ਕੋਲ ਜਿਹੜੀ ਤੁਸੀਂ ਗੱਲ ਕੀਤੀ ਕਿ ਵਾਹਿਦ ਮੁੱਖ ਮੰਤਰੀ ਹੋਣਗੇ ਕਿ ਜਿਹਨਾਂ ਕੋਲ ਵੱਧ ਤੋਂ ਵੱਧ ਮਹਿਕਮੇ ਨੇ,
ਤੇ ਸ਼ਾਇਦ ਵੱਧ ਤੋਂ ਵੱਧ ਮਹਿਕਮਿਆਂ ਦੇ ਵਿੱਚ ਇਸੇ ਕਰਕੇ ਆਪਣੇ ਕੋਲ ਰੱਖਿਆ ਕਿ ਹਾਂ ਭਈ ਆਪਣੇ ਬਰਾਬਰ ਦਾ ਕੋਈ ਵੀ ਵਿਅਕਤੀ ਜਿਹੜਾ ਦੋ ਨੰਬਰ ਦਾ ਉਹ ਪੈਦਾ ਜਿਹੜਾ ਨਹੀਂ ਹੋਣ ਦੇਣਾ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਬਤੌਰ ਗ੍ਰਹਿ ਮੰਤਰੀ ਉਹਨਾਂ ਤੋਂ ਆਪਣੀ ਭੂਮਿਕਾ ਜਿਹੜੀ ਆ ਸਿੱਧੂ ਸਾਹਿਬ ਠੀਕ ਤਰੀਕੇ ਨਾਲ ਜਿਹੜੀ ਆ ਉਹ ਨਿਭਾਈ ਨਹੀਂ ਜਾ ਰਹੀ। ਤਾਂ ਉਸਦਾ ਸਿੱਟਾ ਸਾਰੇ ਸਾਹਮਣੇ ਆ, ਚਾਹੀਦਾ ਤਾਂ ਇਹ ਅੱਜ ਹੀ ਨਹੀਂ ਚਾਹੀਦਾ, ਚਾਹੀਦਾ ਤਾਂ ਬਹੁਤ ਦੇਰ ਪਹਿਲਾਂ ਦਾ ਸੀ ਕਿ ਹਾਂ ਭਈ ਇੱਕ ਪੜ੍ਹੇ ਲਿਖੇ ਬੰਦੇ ਜਿਹੜੇ ਬੀਤੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਹੇ ਜਾਂ ਉਹ ਵਿਅਕਤੀ ਜਾਂ ਜਿਹਨਾਂ ਦਾ ਤਜਰਬਾ ਜਿਸ ਫੀਲਡ ਦਾ ਹੈਗਾ ਉਹਨਾਂ ਨੂੰ ਤੁਸੀਂ ਲਾ ਦਿਓ, ਜੇਕਰ ਇੱਕ ਬਲਕਾਰ ਸਿੰਘ ਵਰਗਾ ਸਾਬਕਾ DSP ਪਤਾ ਨਹੀਂ ਉਹਨਾਂ ਨੂੰ ਲਾ ਦਿੱਤਾ ਗਿਆ, ਇੱਕ IPS ਬੰਦੇ ਨੂੰ ਤੁਸੀਂ ਸਾਈਡ ਤੇ ਰੱਖਿਆ, ਇਸੇ ਤਰੀਕੇ ਨਾਲ ਫੌਜਾ ਸਿੰਘ ਸਰਾਰੀ ਮੇਰੇ ਖਿਆਲ ਸਬ ਇੰਸਪੈਕਟਰ ਜਾਂ ਇੰਸਪੈਕਟਰ ਸੀ ਉਹਨੂੰ ਤੁਸੀਂ ਕੈਬਨਿਟ ਮੰਤਰੀ ਲਾ ਦਿੱਤਾ ਗਿਆ, ਇੱਕ IPS ਬੰਦੇ ਨੂੰ ਤੁਸੀਂ ਘਰ ਬੱਲਿਆ। ਤਾਂ ਇਹ ਸਰਕਾਰ ਦਾ ਜਿਹੜਾ ਇਹੋ ਜਿਹਾ ਮੀਡੀਏਟਰ ਆ ਜਾਂ ਪੈਮਾਨਾ, ਇੱਥੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਜੇ ਫਿਰ ਇਹੋ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਕਿ ਜਿਹੜੇ ਤੁਹਾਡੀ ਨਜ਼ਰ 'ਚ ਯੋਗ ਨੇ ਪਰ ਸ਼ਾਇਦ ਕੰਮ ਦੇ ਪੱਖੋਂ ਉਹ ਇੰਨੇ ਯੋਗ ਨਹੀਂ ਹੈਗੇ, ਤੇ ਜੇਕਰ ਤੁਸੀਂ ਲਾਓਗੇ ਤਾਂ ਫਿਰ ਨਤੀਜੇ ਸਿੱਧੂ ਸਾਹਿਬ ਇਹੋ ਜਿਹੇ ਹੋਣੇ ਨੇ। ਇੱਕ ਲੁਧਿਆਣੇ ਦੀ ਘਟਨਾ ਨਹੀਂ ਆ, ਇਹ ਪੰਜਾਬ ਦੇ ਹਰ ਸ਼ਹਿਰ ਦੀ ਘਟਨਾ ਆ, ਕਿਤੇ ਚੈਨੀਆਂ ਖਿੱਚੀਆਂ ਜਾ ਰਹੀਆਂ, ਕਿਤੇ ਲੁੱਟ ਖਸੁੱਟ ਹੋ ਰਹੀ ਹੈ, ਕਿਤੇ ਕੁਝ ਹੋ ਰਿਹਾ। ਹੁਣ ਜਿਹੜੇ 3 ਨਵੇਂ ਕਾਨੂੰਨ ਨੇ ਉਹ ਤਾਂ ਤੁਸੀਂ ਮਿੰਟੋ ਮਿੰਟੀ ਪੰਜਾਬ ਸਰਕਾਰ ਦੇ ਲਾਗੂ ਕਰ ਦਿੱਤੇ, ਹਾਲਾਂਕਿ ਬਾਕੀਆਂ ਸਟੇਟਾਂ ਨੇ ਅਜੇ ਲਾਗੂ ਨਹੀਂ ਕੀਤੇ। ਪੰਜਾਬ ਸਰਕਾਰ ਸਭ ਤੋਂ ਪਹਿਲਾਂ ਉਹਨੂੰ ਲਾਗੂ ਕਰਨ ਦੇ ਮੂਡ 'ਚ ਦਿਖਾਈ ਦੇ ਰਹੀ ਹੈ, ਉਹ ਕਰ ਵੀ ਦਿੱਤੇ ਆ। ਪਰ ਦੂਜੇ ਪਾਸੇ ਜੇਕਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਚੱਲ ਹੋ ਰਹੀਆਂ ਨੇ ਦਿਨ ਦਿਹਾੜੇ, ਤਾਂ ਸਿੱਧੂ ਸਾਹਿਬ ਫਿਰ ਸਰਕਾਰ ਦਾ ਜਿਹੜਾ ਉਹ ਕਿੱਥੇ ਜਿਹੜਾ ਬਿਆਰ ਆ ਉਹ ਕਿੱਥੇ ਰਹਿੰਦਾ। ਬਾਕੀ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਠੀਕ ਆ ਚੋਣਾਂ ਤਾਂ ਹੁੰਦੀਆਂ ਰਹਿਣੀਆਂ, ਚੋਣਾਂ ਤੋਂ ਘੱਟ ਕੇ ਆਪਣੀ ਜਿਹੜੀ ਡਿਊਟੀ ਆ ਲੋਕਾਂ ਦੇ ਅਮਨ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਉਹ ਆਪਣੀ ਠੀਕ ਤਰੀਕੇ ਨਾਲ ਨਿਭਾਉਣ। ਵਿਕਾਸ ਦੇ ਕੰਮ ਹੁੰਦੇ ਰਹਿਣਗੇ, ਜਿੰਨੀਆਂ ਚੋਣਾਂ ਜਿੱਤਦੇ ਰਹੋਗੇ ਹਾਰਦੇ ਰਹੋਗੇ। ਇੱਕ ਵਾਰੀ ਤਾਂ ਤੁਸੀਂ ਆਪਣਾ ਇਹੋ ਜਿਹਾ ਇਮਜ ਸਥਾਪਿਤ ਕਰ ਦਿਓ। ਮੈਂ ਸਿੱਧੂ ਸਾਹਿਬ ਗੱਲ ਹੋਰ ਦਗਾ ਕਰਨ, ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਦਾ ਮਰਜ਼ੀ ਸੀ ਉਹ ਮਹਿਲਾਂ 'ਚੋਂ ਨਿਕਲਦਾ ਸੀ ਨਹੀਂ ਨਿਕਲਦਾ, ਪਰ ਉਸਦਾ ਦਬਕਾ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਏਡਾ ਸੀ ਕਿ ਕਿਸੇ ਪੁਲਿਸ ਅਫਸਰ ਦੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਹਾਂ ਵੀ ਉਹਦੇ ਹੁਕਮਾਂ ਦੀ ਕਤਾਈ ਹੋ ਜਾਏ। ਤਾਂ ਇਹੋ ਜਿਹੜੇ ਹਾਲਾਤ ਸੀ ਜਿਹੜੇ ਅੱਜ ਦਿਖਾਈ ਦੇ ਰਹੇ, ਕਦੇ ਉਹਦੇ ਕਾਰਜਕਾਲ ਦੇ ਸਮੇਂ ਮੈਂ ਇਹੋ ਜਿਹੇ ਹਾਲਾਤ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵਿਖੇ ਨਹੀਂ, ਬੇਸ਼ੱਕ ਉਹ ਜਿੱਦਾਂ ਦਾ ਮਰਜ਼ੀ ਮੁੱਖ ਮੰਤਰੀ ਸੀ ਪਰ ਪ੍ਰਸ਼ਾਸਨ ਦੇ ਉਸ ਦੀ ਪੂਰੀ ਪਕੜ ਸੀ। ਤਾਂ ਸ਼ਾਇਦ ਇੱਥੇ ਮੁੱਖ ਮੰਤਰੀ ਸਾਹਿਬ ਦੀ ਪ੍ਰਸ਼ਾਸਨ ਤਾਂ ਉਹ ਸਿਵਲ ਤੇ ਜਾਂ ਪੁਲਿਸ ਤੇ ਪਕੜ ਨਹੀਂ ਹੈਗੀ, ਤਾਂ ਹੀ ਇਹੋ ਜਿਹੇ ਨਤੀਜੇ ਜਿਹੜੇ ਸੁਖਵਿੰਦਰ ਜੀ ਨਿਰਦੇਸ਼ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਬਾਕੀ ਦੇਖੋ ਹੁਣ ਨਿਹੰਗ ਸਿੰਘਾਂ ਨੇ ਤੇ ਇਹ ਗੱਲ ਕਹਿ ਕੇ ਗੱਲ ਕਹਿਤੀ ਕਿ ਹਾਂ ਵੀ ਜਿਹੜਾ ਵੀ ਬੰਦਾ ਪੰਥ ਦੇ ਖਿਲਾਫ ਸਿੱਖ ਦੇ ਖਿਲਾਫ ਬੋਲੇਗਾ ਗੁਰੂ ਮਹਾਰਾਜ ਨੇ ਸਾਡੀ ਸੇਵਾ ਲਈ ਆ। ਹੁਣ ਵੇਖਦੇ ਹਾਂ ਕਿ ਕੁਲਦੀਪ ਸਿੰਘ ਚਾਹਲ ਹੋਏ ਜਿਹੜੇ ਇਹਦੇ ਸੰਬੰਧੀ ਹੋਰ ਖੁਲਾਸੇ ਕੀ ਕਰਦੇ ਆ। ਅਜੇ ਤਾਂ ਸਿੱਧੂ ਸਾਹਿਬ ਇੰਨੀ ਕੀ ਗੱਲ ਆ, ਪਰ ਇਹਦੇ ਨਾਲ ਇਸ ਘਟਨਾ ਨਾਲ ਪੰਜਾਬ ਦਾ ਜਿਹੜਾ ਸਮੁੱਚਾ ਦ੍ਰਿਸ਼ ਅਜੇ ਦੇ ਸੰਬੰਧੀ ਅਮਨ ਅਮਾਨ ਦੀ ਗੱਲ ਕਰਦੇ ਉਹ ਸਾਹਮਣੇ ਆ ਗਿਆ ਕਿ ਲੋਕ ਕਿੰਨੇ ਕੁ ਸੁਰੱਖਿਅਤ ਨੇ। ਈਵਨ ਕਿ ਗਨਮੈਨ ਵੀ ਉਹਦੇ ਨਾਲ ਆ, ਫਿਰ ਵੀ ਗਨਮੈਨ ਨੇ ਕੋਈ ਗੱਲ ਨਹੀਂ, ਇਹ ਵੀ ਗੱਲ ਪ੍ਰਸ਼ਨਾਂ ਦੇ ਘੇਰੇ ਦੇ ਵਿੱਚ ਹੈਗੀ ਕਿ ਇੱਕ ਗਨਮੈਨ ਨਾਲ ਆ ਗਨਮੈਨ ਸਾਈਡ ਤੇ ਹੋ ਗਿਆ। ਬੇਸ਼ੱਕ ਉਹਦੇ ਖਿਲਾਫ ਵੀ ਭਗਈ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ, ਮੁਅੱਤਲ ਕਰ ਦਿੱਤਾ ਗਿਆ, ਪਰ ਸੁਖਵਿੰਦਰ ਜੀ ਇਸ ਦੀ ਤਹਿ ਤੱਕ ਜਾਣ ਦੀ ਜ਼ਰੂਰ ਲੋੜ ਆ ਕਿ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਕੀ ਰਿਹਾ ਤੇ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਉਹ ਸਫਲ ਰਹੇ ਨੇ ਜਾਂ ਸਫਲ ਰਹੇ ਨੇ, ਇਹ ਘੱਟੋ ਘੱਟ ਉਹਨਾਂ ਨੂੰ ਆਪ ਜਿਹੜਾ ਜ਼ਰੂਰ ਸੋਚ ਲੈਣਾ ਚਾਹੀਦਾ। ਚਲੋ ਅਣਖ ਸਾਹਿਬ, ਜਿੱਥੇ ਇਹ ਮੰਤਰੀ ਜੇ ਗੱਲ ਕਰੀਏ, ਜਿੱਥੇ ਮੁੱਖ ਮੰਤਰੀ ਦੇ ਅਸਤੀਫੇ ਦੀ ਗੱਲ ਸੀ ਇਸ ਗੱਲ ਦੇ ਕਰਕੇ, ਉੱਥੇ ਹੁਣ ਕਿਹਾ ਜਾ ਰਿਹਾ ਕਿ ਮੰਤਰੀ ਮੰਡਲ ਦੇ ਵਿੱਚ ਵੀ ਬਦਲਾਵ ਹੋਣ ਜਾ ਰਿਹਾ। ਮੰਤਰੀ ਮੰਡਲ ਦੀਆਂ ਕੁਝ ਕੁਰਸੀਆਂ ਪਹਿਲਾਂ ਹੀ ਖਾਲੀ ਸੀ, ਇੱਕ ਅੱਧੀ ਕੁਰਸੀ ਜਿਹੜੀ ਆ ਆਹ ਜਿੱਤਣ ਦੇ ਨਾਲ ਖਾਲੀ ਹੋ ਗਈ ਕਿਉਂਕਿ ਮੀਥੇਰ ਸਾਹਿਬ ਜਿੱਤ ਗਏ ਬਰਨਾਲੇ ਤੋਂ, ਉਹਨਾਂ ਦੀ ਕੁਰਸੀ ਜਿਹੜੀ ਖਾਲੀ ਹੋ ਗਈ, ਉਹ MP ਬਣ ਗਏ ਸੰਗਰੂਰ ਤੋਂ। ਔਰ ਕੁਝ ਪਤਾ ਲੱਗਿਆ ਕਿ ਕਾਰਗੁਜ਼ਾਰੀਆਂ ਮਾੜੀਆਂ ਦੇ ਕਰਕੇ ਕੁਝ ਮੰਤਰੀ ਜਿਹੜੇ ਆ ਉਹ ਲਾਹੇ ਜਾਣੇ ਆ, ਔਰ ਪਤਾ ਨੀ ਹੁਣ ਵੀਡੀਓ ਵਾਲੇ ਮੰਤਰੀ 2 ਲਾਹੇ ਜਾਣੇ ਆ ਕਿ ਨਹੀਂ ਲਾਹੇ ਜਾਣੇ, ਪਤਾ ਨੀ ਹੋਰ ਵੀਡੀਓ ਵਾਲੇ ਨਵੇਂ ਲੈ ਆਉਣੇ ਆ, ਇਹ ਵੀ ਕੋਈ ਪਤਾ ਨੀ ਹਲੇ ਜਾਣਕੀ ਸਾਹਿਬ। ਤਾਂ ਇਹ ਜ਼ਰੂਰ ਕਹਿੰਦੇ ਸੰਕੇਤ ਮੁੱਖ ਮੰਤਰੀ ਨੇ ਖੁਦ ਹੀ ਦੇ ਦਿੱਤੇ ਆ ਕਿ ਭਾਈ ਹੁਣ ਜਿਹੜੇ ਮੰਤਰੀ ਮੰਡਲ ਦੇ ਵਿੱਚ ਜਾਂ ਕਹਿ ਲਓ ਕਿ ਪਾਰਟੀ ਦੇ ਅੰਦਰ ਵੀ ਬਹੁਤ ਵੱਡੇ ਪੱਧਰ ਤੇ ਬਦਲਾਵ ਹੋਣ ਜਾ ਰਹੇ। ਔਰ ਬੜੀ ਹੈਰਾਨੀ ਦੀ ਗੱਲ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਰਹੇ ਹਾਂ, ਭਗਵੰਤ ਮਾਨ ਮੁੱਖ ਮੰਤਰੀ ਵੀ ਖੁਦ ਆ, ਗ੍ਰਹਿ ਮੰਤਰੀ ਵੀ ਖੁਦ ਆ, ਸਭ ਤੋਂ ਵੱਧ ਮਹਿਕਮੇ ਵੀ ਰੱਖੀ ਬੈਠੇ ਆ, ਔਰ ਪ੍ਰਧਾਨਗੀ ਦੀ ਕੁਰਸੀ ਵੀ ਆਪਦੇ ਕੋਲੇ ਰੱਖੀ ਬੈਠੇ ਆ। ਇਹ ਜਿਹੜੇ ਦੂਜਿਆਂ ਦੇ ਇਲਜ਼ਾਮ ਲਾਉਂਦੇ ਆ, ਮਤਲਬ ਮੁੱਖ ਮੰਤਰੀ ਵੀ ਭਗਵੰਤ ਮਾਨ,
ਸਭ ਤੋਂ ਵੱਧ ਮਹਿਕਮੇ ਵੀ ਭਗਵੰਤ ਮਾਨ ਕੋਲੇ, ਗ੍ਰਹਿ ਮੰਤਰੀ ਵੀ ਭਗਵੰਤ ਮਾਨ, ਔਰ ਜਿਹੜੀ ਪ੍ਰਧਾਨਗੀ ਦੀ ਕੁਰਸੀ ਵੀ ਭਗਵੰਤ ਮਾਨ ਕੋਲੇ, ਯਾਨੀ ਕਿ ਸਾਰਾ ਕੁਛ ਇੱਕੋ ਥਾਂ ਹੀ ਇਕੱਠਾ ਕਰੀ ਜਾਂਦੇ ਆ। ਜਿਹੜੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੁੰਦੇ ਸੀਗੇ ਪਰਿਵਾਰਵਾਦ ਦਾ, ਹੁਣ ਪਰਿਵਾਰ ਇਹਨਾਂ ਦਾ ਕਿਵੇਂ ਵਿੱਚ ਘੁਲਿਆ ਮਿਲਿਆ ਫਿਰਦਾ ਸਰਕਾਰ ਦੇ, ਉਹ ਵੀ ਸਭ ਨੂੰ ਪਤਾ। ਜਿਹੜੇ ਅਹੁਦਿਆਂ ਦੀ ਗੱਲ ਕਰਦੇ ਹੁੰਦੇ ਸੀ, ਸਭ ਤੋਂ ਵੱਧ ਅਹੁਦੇ ਵੀ ਆਪਣੇ ਕੋਲ ਰੱਖੀ ਬੈਠੇ ਆ ਭਗਵੰਤ ਮਾਨ। ਮਤਲਬ ਹੈਰਾਨੀ ਦੀ ਗੱਲ ਆ, ਦੂਜਿਆਂ ਤੇ ਸਵਾਲ ਚੁੱਕਣ ਵਾਲੇ ਹੁਣ ਆਪ ਕੀ ਕੁਝ ਕਰਦੇ ਫਿਰਦੇ, ਆਪਦੀ ਪੀੜ੍ਹੀ ਹੇਠਾਂ ਵੀ ਭਗਵੰਤ ਮਾਨ ਨੂੰ ਜਿਹੜਾ ਸੋਟਾ ਮਾਰ ਲੈਣਾ ਚਾਹੀਦਾ। ਉਹ ਕਿਵੇਂ ਦੇਖਦੇ ਹੋ ਕਿ ਇਹਦੀ ਕਿਹਦੀ ਛੁੱਟੀ ਹੋਣ ਜਾ ਰਹੀ ਹੈ, ਕੀ ਕੁਝ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਹੋਲਾ ਦਿੱਤੇ? ਸੁਖਵਿੰਦਰ ਜੀ, ਪਹਿਲਾਂ ਤਾਂ ਪ੍ਰਧਾਨਗੀ ਸ਼ਬਦ ਦੀ ਗੱਲ ਹੀ ਹੈ, ਪ੍ਰਧਾਨ ਸ਼ਬਦ ਹੀ ਏਦਾਂ ਦਾ ਕਿ ਜਿਹੜਾ ਬੰਦੇ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦਾ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੀ ਹੋਣ ਤੇ ਚਾਹੇ ਭਗਵੰਤ ਮਾਨ ਹੋਣੀ, ਜਦੋਂ ਪ੍ਰਧਾਨ ਜੀ ਕਹਿੰਦੇ ਆ ਤੇ ਬੰਦਾ ਫੁੱਲੇ ਨਹੀਂ ਸਮਾਉਂਦਾ। ਮੈਂ ਇੱਕ ਵਾਰੀ ਅੱਗੇ ਵੀ ਪ੍ਰੋਗਰਾਮ 'ਚ ਗੱਲ ਕੀਤੀ ਸੀ ਤੇ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਸੀ ਤੇ ਮਾਝੇ ਦਾ ਇੱਕ ਲੀਡਰ ਗਿਆ ਮੰਤਰੀ ਸੀ, ਤੇ ਉਹ ਕਿਤੇ ਜਾ ਕੇ ਕਹਿ ਬੇਟਾ ਕਾਕਾ ਜੀ ਕੀ ਹਾਲ ਜੇ ਬਾਦਲ ਸਾਹਿਬ ਦੇ ਸਾਹਮਣੇ, ਤੇ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਉਸ ਲੀਡਰ ਦੀ ਉਹ ਝਾੜ ਚੱਬ ਕੀਤੀ ਕਿ ਕਾਕਾ ਜੀ ਕੀ ਹੁੰਦਾ ਮੈਨੂੰ ਪ੍ਰਧਾਨ ਜੀ ਕਹਿ ਕੇ ਬੁਲਾਓ। ਤੇ ਅੱਜ ਤੱਕ ਉਹ, ਚਲੋ ਉਹ ਗੱਲ ਇੱਕ ਵੱਖਰੀ ਆ, ਇਹ ਗੱਲ ਬੜੀ ਚਰਚਾ ਸੀ ਕਿ ਕਾਕਾ ਜੀ ਕਹਿਣ ਦੇ ਬਦਲੇ ਕਿਸ ਤਰੀਕੇ ਨਾਲ ਝਾੜ ਪਈ ਸੀ ਉਸ ਸੀਨੀਅਰ ਮੰਤਰੀ ਨੂੰ ਬਾਦਲ ਸਾਹਿਬ ਦੀ ਮੌਜੂਦਗੀ 'ਚ। ਤੇ ਫਿਰ ਭਗਵੰਤ ਮਾਨ ਹੋਣੀ ਤਾਂ ਫਿਰ ਨਵੇਂ ਨਵੇਂ ਪਾਰਟੀ ਦੇ ਨਵੇਂ ਨਵੇਂ ਪ੍ਰਧਾਨ ਨੇ ਤੇ ਮੁੱਖ ਮੰਤਰੀ ਆ, ਫਿਰ ਪ੍ਰਧਾਨ ਕੀ ਤਾਂ ਆਪਣੇ ਕੋਲ ਰੱਖਣੀ ਹੁੰਦੀ ਹੈ। ਚਲੋ ਖੈਰ, ਪ੍ਰਸ਼ਨ ਤੁਹਾਡੇ ਦਾ ਮੈਂ ਜਵਾਬ ਦਿੰਦਾ ਸਿੱਧੂ ਸਾਹਿਬ। ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਹੈ, ਮੁੱਖ ਮੰਤਰੀ ਦੇ ਅਸੀਂ ਕਹਿ ਸਕਦੇ ਕਿ ਸੁਪਨਿਆਂ ਦੇ ਅਨੁਸਾਰ ਬੁਰੀ ਤਰ੍ਹਾਂ ਹਾਰੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਦੇ ਪੈਰਾਂ ਦੇ ਉੱਠ ਜ਼ਮੀਨ ਨਿਕਲੀ ਆ, ਹੁਣ ਉਹਨਾਂ ਨੂੰ ਪਾਰਟੀ ਦੇ ਵਰੰਟੀਅਰ ਵੀ ਯਾਦ ਆ ਰਹੇ ਆ, ਪਾਰਟੀ ਦੇ ਉਹ ਲੋਕ ਵੀ ਯਾਦ ਆ ਰਹੇ ਜਿਹਨਾਂ ਨੂੰ ਭਮੱਕੜ ਕਹਿੰਦੇ ਸਨ, ਹੁਣ ਉਹਨਾਂ ਨੂੰ ਬਹੁਤ ਕੁਝ ਯਾਦ ਆ ਰਿਹਾ। ਤੇ ਇਸੇ ਹੀ ਕਾਰਨ ਬੀਤੇ ਦਿਨ ਸੰਗਰੂਰ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਮੌਕੇ ਤੇ ਕਿ ਹਾਂ ਭਾਈ ਆਉਂਦਿਆਂ ਦਿਨਾਂ 'ਚ ਪਾਰਟੀ ਦੇ ਵਿੱਚ ਬਦਲਾਅ ਕੀਤਾ ਜਾਏਗਾ, ਸਰਕਾਰ ਦੇ ਵਿੱਚ ਵੀ ਵਲੰਟੀਅਰਸ ਨੂੰ ਅਹਿਮ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ, ਉਹਨਾਂ ਦੀਆਂ ਲਿਸਟਾਂ ਜਿਹੜੀਆਂ ਤਿਆਰ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਚੇਅਰਮੈਨ ਲਾਏ ਜਾਣੇ ਬੋਰਡਾਂ ਦੇ, ਨਗਰ ਨਿਗਮਾਂ ਦੇ, ਇਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਐਲਾਨ ਕੀਤੇ ਸੀ। ਤਾਂ ਉਸ ਦਾ ਕੇਵਲ ਤੇ ਕੇਵਲ ਮੰਤਵ ਇਹੋ ਹੀ ਆ ਕਿ ਜਿਹੜਾ ਪਾਰਟੀ ਦਾ ਵਲੰਟੀਅਰ 2022 ਤੱਕ ਪਾਰਟੀ ਦੇ ਨਾਲ ਜੁੜਿਆ ਰਿਹਾ ਤੇ ਇਹਨਾਂ 2 ਸਾਲਾਂ 'ਚ ਜਿਸ ਤਰੀਕੇ ਨਾਲ ਉਹਨਾਂ ਦੀ ਅਣਦੇਖੀ ਹੋਈ ਆ, ਉਸ ਅਣਦੇਖੀ ਦਾ ਕਾਰਨ ਜਿਹੋ ਜਿਹੇ ਨਤੀਜੇ ਆਏ ਆ, ਉਹਨਾਂ ਨਤੀਜਿਆਂ ਨੂੰ ਠੀਕ ਕਰਨ ਵਾਸਤੇ ਹੁਣ ਪਾਰਟੀ ਦੇ ਵਰਕਰਾਂ ਦੀ ਜਾਂ ਵਲੰਟੀਅਰ ਦੀ ਜਿਹੜੀ ਸਾਰ ਆ ਉਹ ਲਈ ਜਾਣੀ ਆ, ਇਹ ਉਹਨਾਂ ਦਾ ਐਲਾਨ ਸੀ। ਹੁਣ ਪਤਾ ਨਹੀਂ ਉਹ ਐਲਾਨ ਤਾਂ ਉਹਨਾਂ ਨੇ ਕਰਤਾ ਕਿ ਇੰਨੀ ਜਿੰਨੀ ਚੋਣਾਂ ਤੋਂ ਬਾਅਦ ਉਹ ਵਿਹਲੇ, ਕਿਉਂਕਿ ਦੂਜੀਆਂ ਜਿੰਨੀ ਚੋਣਾਂ ਆ ਜਾਣੀਆਂ ਨੇ, ਪਤਾ ਨਹੀਂ ਉਹ ਵਲੰਟੀਅਰ ਤੱਪੜ ਵਛਾਉਂਦੇ ਹੀ ਰਹਿ ਜਾਣੇ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਬਾਕੀ ਪਾਰਟੀਆਂ ਦੇ ਹੁੰਦੇ ਆ। ਖੈਰ, ਹੁਣ ਇਹ ਪਤਾ ਲੱਗਾ ਕਿ ਪਾਰਟੀ ਇਸ ਜਿੰਮੀ ਚੋਣ ਤੋਂ ਬਾਅਦ ਜਲੰਧਰਵਾੜੀ ਤੋਂ ਜਿਹੜੀ ਇੱਕ ਤਾਂ ਮੀਟ ਹੇਅਰ ਵਾਲਾ ਜਿਹੜਾ ਮਹਿਕਮਾ, ਜਿਹੜਾ ਮੰਤਰੀ ਪਦ ਖਾਲੀ ਹੋਇਆ, ਉਹਦੇ ਉੱਤੇ ਨਵੇਂ ਮੰਤਰੀ ਨੂੰ ਰੱਖਿਆ ਜਾ ਸਕਦਾ। ਇੱਕ ਪੋਸਟ ਮੰਤਰੀ ਦੀ ਪਹਿਲਾਂ ਹੀ ਖਾਲੀ ਅਸਤੀਫੇ ਦੇ ਕਰਕੇ, ਸੋ 2 ਮੰਤਰੀ ਜਿਹੜੇ ਨੇ ਉਹ ਨਵੇਂ ਲਾਏ ਜਾ ਸਕਦੇ ਆ, ਔਰ ਨਾਲ ਹੀ ਨਾਲ ਉਹਨਾਂ ਮੰਤਰੀਆਂ ਦੀ ਵੀ ਛੁੱਟੀ ਕੀਤੀ ਜਾ ਸਕਦੀ ਆ ਕਿ ਜਿਨ੍ਹਾਂ ਨੇ ਪ੍ਰਦਰਸ਼ਨ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਠੀਕ ਤਰੀਕੇ ਦਾ ਨਹੀਂ ਰਿਹਾ, ਭਾਵ ਆਪਣੇ ਖੇਤਰਾਂ ਦੇ ਵਿੱਚ ਉਹਨਾਂ ਨੇ ਠੀਕ ਤਰੀਕੇ ਨਾਲ ਪਾਰਟੀ ਦੇ ਪ੍ਰਤੀ ਵੋਟਾਂ ਜਿਹੜੀਆਂ ਨਹੀਂ ਪਾਈਆਂ, ਪਾਰਟੀ ਦੇ ਪ੍ਰਤੀ ਵਫ਼ਾਦਾਰੀ ਠੀਕ ਤਰੀਕੇ ਨਾਲ ਨਹੀਂ ਨਿਭਾਈ, ਉਹਨਾਂ ਦੀ ਵੀ ਛੁੱਟੀ ਜਿਹੜੀ ਹੈ ਇਸ ਮੰਤਰੀ ਮੰਡਲ ਵਿੱਚੋਂ ਕੀਤੀ ਜਾ ਸਕਦੀ ਆ। ਇਹ ਗੱਲ ਜਿਹੜੀ ਹੈ ਚਰਚਾਵਾਂ ਦੇ ਵਿੱਚ ਹੈਗੀ ਆ। ਪਰ ਸਿੱਧੂ ਸਾਹਿਬ, ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਇਹ ਪਤਾ ਲੱਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਉਹਨਾਂ ਨੇ ਪੂਰਨ ਤੌਰ ਤੇ ਸਮੁੱਚੀ ਤਾਕਤ ਜਿਹੜੀ ਆ ਡਾਕਟਰ ਸੰਦੀਪ ਪਾਠਕ ਨੂੰ ਦੇ ਦਿੱਤੀ ਹੈ, ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਵੀ ਤਬਦੀਲੀਆਂ ਕਰਨੀਆਂ ਨੇ, ਜਿਹੜੇ ਵੀ ਨਵੇਂ ਬੰਦੇ ਨੂੰ ਨਿਯੁਕਤ ਕਰਨੇ ਆ, ਜੋ ਵੀ ਕੁਝ ਕਰਨਾ, ਉਹ ਸੰਦੀਪ ਪਾਠਕ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰ ਸਕਣਗੇ। ਇਹ ਇੱਕ ਬੜਾ ਵੱਡਾ ਝਟਕਾ ਜਿਹੜਾ ਆ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਮੁੱਖ ਮੰਤਰੀ ਸਾਹਿਬ ਨੂੰ ਦੇ ਦਿੱਤਾ। ਕਹਿੰਦੇ ਨੇ ਕਿ ਜੇ ਤੋਂ ਨਿਯੁਕਤੀਆਂ ਜਿਹੜੀਆਂ ਸੀ ਜਾਂ ਮੰਤਰੀ ਮੰਡਲ 'ਚ ਫੇਰ ਬਦਲ ਪਹਿਲਾਂ ਹੀ ਹੋ ਜਾਣਾ ਸੀ ਕਿ ਜਦੋਂ ਇਹ ਨਤੀਜੇ ਆਏ ਤੇ ਜਿਹਨਾਂ ਤੁਰੰਤ ਬਾਅਦ ਇਹ ਭਗਵੰਤ ਮਾਨ ਹੋਣਾ ਦੀ ਇਹ ਇੱਛਾ ਸੀ
ਜਾਂ ਯੋਜਨਾ ਸੀ ਕਿ ਹਾਂ ਵੀ ਜਿਹਨਾਂ ਮੰਤਰੀ ਦਾ ਕੰਮਕਾਜ ਠੀਕ ਨਹੀਂ ਹੈਗਾ ਉਹਨਾਂ ਨੂੰ ਲਾਂਭੇ ਕਰਕੇ ਨਵੇਂ ਮੰਤਰੀ ਜਿਹੜੇ ਉਹ ਭਰਤੀ ਕੀਤੇ ਜਾਣ। ਪਰ ਕਹਿੰਦੇ ਐਨ ਅਖੀਰ ਦੇ ਸਮੇਂ ਜਦੋਂ ਪੂਰਨ ਤਿਆਰੀਆਂ ਹੋ ਚੁੱਕੀਆਂ ਸੀ ਉੱਤੋਂ ਇਹ ਨਿਰਦੇਸ਼ ਆਏ ਹਾਈਕਮਾਨ ਵੱਲੋਂ ਭਗਵੰਤ ਮਾਨ ਹੋਣਾ ਕਿ ਕੋਈ ਵੀ ਅਜਿਹੀ ਕਾਰਵਾਈ ਜਿਹੜੀ ਉਹ ਨਹੀਂ ਕਰਦੀ ਜਿਹੜੀ ਹਾਈਕਮਾਨ ਦੇ ਉਲਟ ਹੋਵੇ, ਤਾਂ ਸਾਰਾ ਕੁਝ ਜਿਹੜਾ ਡਾਕਟਰ ਸੰਦੀਪ ਪਾਠਕ ਦੀ ਸਲਾਹ ਦੇ ਨਾਲ ਹੀ ਪੰਜਾਬ ਦੇ ਵਿੱਚ ਕਰਨਾ ਆ ਤੁਸੀਂ। ਤੇ ਕਹਿੰਦੇ ਇਸ ਕਰਕੇ ਉਹ ਥੋੜੇ ਜਿਹੇ ਨਾਰਾਜ਼ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਨਾਰਾਜ਼ ਹੋ ਕੇ ਇਸ ਕਰਕੇ ਮੰਤਰੀ ਮੰਡਲ ਦਾ ਜਿਹੜਾ ਪਸਾਰਾ ਜਾਂ ਬਦਲਾਵ ਜਿਹੜਾ ਉਹ ਨਹੀਂ ਹੋ ਸਕਿਆ। ਬੀਤੇ ਦਿਨ ਵੀ ਜਿਹੜਾ ਕਰਤਾਰ ਸਿੰਘ ਸਰਮਾ ਤੇ ਮੁੱਖ ਮੰਤਰੀ ਸਾਹਿਬ ਦੇ ਵਿਚਕਾਰ ਜਿਹੜਾ ਰੇੜਕਾ ਪਿਆ ਸੀ ਪ੍ਰੈਸ ਮੀਟ ਨੂੰ ਲੈ ਕੇ, ਕਹਿੰਦੇ ਉਸ ਰੇੜਕੇ ਨੂੰ ਵੀ ਖਤਮ ਕਰਾਉਣ ਦੇ ਵਿੱਚ ਡਾਕਟਰ ਸੰਦੀਪ ਪਾਠਕ ਦਾ ਬੜਾ ਮਹੱਤਵਪੂਰਨ ਯੋਗਦਾਨ ਰਿਹਾ। ਉਹਨਾਂ ਨੇ ਜਾ ਕੇ ਸਰਮਾ ਸਾਹਿਬ ਨੂੰ ਬੇਨਤੀ ਕੀਤੀ ਕਿ ਥੋੜਾ ਜਿਹਾ ਸਮਾਂ ਠਹਿਰ ਜੋ ਕੋਈ ਅਜਿਹੀ ਕਾਰਵਾਈ ਨਾ ਕਰੋ, ਜੇਕਰ ਇਹੋ ਜਿਹੇ ਕਰਦੇ ਤੇ ਜਿਹੜੀਆਂ ਜਿਮਨੀ ਚੋਣਾਂ ਹੋ ਰਹੀਆਂ ਉਹਨਾਂ ਦੇ ਉੱਤੇ ਪਾਰਟੀ ਦਾ ਜਿਹੜਾ ਬੁਰਾ ਪ੍ਰਭਾਵ ਜਾਊਗਾ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਖਿੱਚਦੇ ਹਾਂ, ਭਾਵ ਅੰਦਰ ਖਾਤੇ ਜਿਹੜਾ ਨਾ ਹਾਈਕਮਾਨ ਵੱਲੋਂ ਬਹੁਤ ਵੱਡੇ ਪੱਧਰ ਤੇ ਫੇਰ ਬਦਲ ਕਰਨ ਦੀ ਜਿਹੜੀ ਤਿਆਰੀ ਜਿਹੜੀ ਆ ਉਹ ਹੋ ਰਹੀ ਆ। ਸੰਦੀਪ ਪਾਠਕ ਦੇ ਹੱਥ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਵਾਗਡੋਰ ਆ ਇਸ ਵੇਲੇ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਦੀ ਪਾਵਰ ਨਾ ਉਹ ਦੇ ਦਿੱਤੀ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕੰਮ ਜਿਹੜਾ ਉਹ ਨਹੀਂ ਕਰਨੇ, ਖਾਸ ਤੌਰ ਤੇ ਮੰਤਰੀ ਮੰਡਲ ਦੇ ਸੰਦਰਭ 'ਚੋਂ। ਹੁਣ ਇਹ ਵੇਖਣਾ ਕਿ ਇਸ ਜਿਮਨੀ ਚੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਚੱਲਦੀ ਆ ਕਿ ਜਾਂ ਦੂਸਰੇ ਪਾਸੇ ਸੰਦੀਪ ਪਾਠਕ ਹੋਣਾ ਦੀ ਚੱਲਦੀ ਹੈ। ਪਰ ਜਿਸ ਤਰੀਕੇ ਨਾਲ ਕਰਤਾਰ ਸਿੰਘ ਸਰਮਾ ਦਾ ਕੇਸ ਮੁਕਾਉਣ ਦੇ ਵਿੱਚ ਸੰਦੀਪ ਪਾਠਕ ਦੀ ਅਹਿਮ ਭੂਮਿਕਾ ਰਹੀ ਔਰ ਉਹ ਮੰਨ ਗਏ, ਲੱਗਦਾ ਕਿ ਇੱਕ ਧੜਾ ਪੰਜਾਬ ਦੇ ਵਿੱਚ ਨਵਾਂ ਤਿਆਰ ਹੋ ਗਿਆ ਜਿਸ ਨੂੰ ਸੰਦੀਪ ਪਾਠਕ ਵਾਇਆ ਅਰਵਿੰਦ ਕੇਜਰੀਵਾਲ ਪੂਰਨ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਸਮਰਥਨ ਜਿਹੜਾ ਹਾਸਲ ਆ। ਤੁਸੀਂ ਪ੍ਰਧਾਨ ਦੀ ਗੱਲ ਕੀਤੀ, ਕਾਰਜਕਾਰੀ ਪ੍ਰਧਾਨ ਜਿਹੜੇ ਨੇ ਪ੍ਰਿੰਸੀਪਲ ਬੋਧ ਰਾਮ ਆਏ ਨੇ, ਕਿਸੇ ਨੂੰ ਨਾ ਹੀ ਨਹੀਂ ਯਾਦ ਕਿ ਪ੍ਰਿੰਸੀਪਲ ਬੋਧ ਰਾਮ ਦਾ ਵੀ ਨਾਂ ਜਿਹੜਾ ਕਾਰਜਕਾਰੀ ਪ੍ਰਧਾਨ ਹੈਗਾ। ਚਲੋ ਬਾਕੀ ਵੇਖਦੇ ਹਾਂ ਕਿ ਆਉਂਦਿਆਂ ਦਿਨਾਂ ਚ ਮੁੱਖ ਮੰਤਰੀ ਸਾਹਿਬ ਦੀ ਅਗਲੀ ਜਿਹੜੀ ਪਲਾਨਿੰਗ ਆਪਣੇ ਤੌਰ ਤੇ ਐਲਾਨ ਕਰੀ ਜਾਂਦੇ ਆ, ਜਿਵੇਂ ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਕਰਦੇ ਹੁੰਦੇ ਸੀਗੇ ਕਿ ਭਾਈ ਫਲਾਣੇ ਨੂੰ ਜਿਤਾ ਦਿਓ, ਇਹਨੂੰ ਮੰਤਰੀ ਵੀ ਬਣਾਵਾਂਗੇ, ਮੰਤਰੀ ਵੀ ਬਣਾਵਾਂਗੇ, ਤੁਹਾਨੂੰ ਚੇਤਾ ਹੋਣਾ। ਔਰ ਹੁਣ ਇੱਕ ਵਾਰ ਫਿਰ ਇੱਕ ਉਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਚੱਲ ਪਈਆਂ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਦੇ ਵਿੱਚ ਐਲਾਨ ਕਰ ਦਿੱਤਾ, ਉਹ ਕਹਿੰਦੇ ਕਿ ਤੁਸੀਂ ਭਗਤ ਸਾਹਿਬ ਨੂੰ ਜਿਤਾ ਦਿਓ, ਮੰਤਰੀ ਜਿਹੜਾ ਉਹ ਮੈਂ ਬਣਵਾ ਦੂੰਗਾ। ਤੇ ਇਹ ਪਤਾ ਨੀ ਹੁਣ ਪਾਰਟੀ ਦੀ ਸਹਿਮਤੀ ਦੇ ਨਾਲ ਐਲਾਨ ਕਰ ਰਹੇ ਆ, ਪਤਾ ਨੀ ਆਪਣੇ ਤੌਰ ਤੇ ਹੀ ਐਲਾਨ ਕਰੀ ਜਾਂਦੇ ਆ, ਪਰ ਇਹਦੇ ਨਾਲ ਇਹ ਗੱਲ ਤਾਂ ਪੈ ਆ ਕਿ ਮੰਤਰੀ ਮੰਡਲ ਦੇ ਵਿੱਚ ਬਦਲਾਅ ਪਏ ਆ। ਸੁਖਵਿੰਦਰ ਜੀ, ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕੀਤੀ, ਉਹ ਵੀ ਐਲਾਨ ਕਰਦੇ ਹੁੰਦੇ ਸੀ ਕਿ ਹਾਂ ਤੇ ਇਹਨੂੰ ਤੁਸੀਂ ਜਿਤਾ ਦਿਓ, ਮੰਤਰੀ ਮੈਂ ਬਣਾ ਦੂੰਗਾ। ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਬੰਦੇ ਦੇ ਸੰਬੰਧੀ ਐਲਾਨ ਕੀਤਾ ਉਹ ਬੰਦੇ ਫਿਰ ਜਿੱਤੇ ਨਹੀਂ ਹੈਗੇ, ਉਹ ਪਤਾ ਨੀ ਵਿਚਾਰੇ ਫਿਰ ਬੰਦੇ ਕਿੱਥੇ ਚਲੇ ਗਏ। ਇਹਦੇ ਹੁਣ ਇੱਦਾਂ ਹੀ ਜਿਹੜਾ ਆ ਭਗਵੰਤ ਮਾਨ ਹੋਣਾ ਵੱਲੋਂ ਮਹਿੰਦਰ ਭਗਤ ਦੇ ਨਾਮ ਤੇ ਜਿਹੜਾ ਐਲਾਨ ਕੀਤਾ ਗਿਆ, ਸ਼ਾਇਦ ਕਿਤੇ ਨਤੀਜੇ ਉਦਾਂ ਦੇ ਹੀ ਨਾ ਨਿਕਲਣ ਕਿ ਜਿਹੋ ਜਿਹੇ ਨਵਜੋਤ ਸਿੱਧੂ ਦੇ ਸੰਦਰਭ ਦੇ ਵਿੱਚ ਅਸੀਂ ਗੱਲ ਕੀਤੀ ਹੈ। ਚਲੋ ਖੈਰ, ਇਹ ਇੱਕ ਚੋਣਾਂ ਦਾ ਰਣਨੀਤੀ ਹੁੰਦੀ ਹੈ, ਟੈਕਟਿਕਸ ਹੁੰਦੇ ਆ ਸਿੱਧੂ ਸਾਹਿਬ ਕਿ ਹਾਂ ਵੀ ਜਿਹੜਾ ਉਮੀਦਵਾਰ ਆ ਉਸ ਨੂੰ ਜਿਤਾਉਣ ਦੇ ਵਿੱਚ ਲੋਕਾਂ ਦਾ ਫਤਵਾ ਜਾਂ ਲੋਕਾਂ ਦਾ ਸਮਰਥਨ ਇਸ ਰੂਪ 'ਚ ਲੈ ਲਿਆ ਜਾਵੇ ਕਿ ਹਾਂ ਵੀ ਜੇ ਤੁਸੀਂ ਜਿਤਾ ਦਿੱਤਾ ਮੈਂ ਇਹਨੂੰ ਮੰਤਰੀ ਬਣਾ ਦਾਂਗਾ। ਤੇ ਇਹ ਭਗਵੰਤ ਮਾਨਾ ਹੁਣਾਂ ਦਾ ਆਪਣੇ ਪੱਧਰ ਤੇ ਇੱਕ ਚੋਣ ਪ੍ਰਚਾਰ ਦੀ ਰਣਨੀਤੀ ਦਾ ਇੱਕ ਹਿੱਸਾ ਹੈਗਾ, ਕਿਉਂਕਿ ਤੁਸੀਂ ਬੀਤੇ ਦੌਰ 'ਚ ਵੇਖ ਲਓ ਕਿ ਸਿੱਧੂ ਸਾਹਿਬ ਜੇਕਰ ਅਗਲੇ ਕਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਨੂੰ ਵਰਤ ਕੇ ਸੁੱਟ ਸਕਦੇ ਆ ਤੇ ਮਹਿੰਦਰ ਭਗਤ ਵਿਚਾਰਾ ਹੈ ਹੀ ਕਾਹੇ ਜੋਗਾ ਨਹੀਂ। ਠੀਕ ਆ, ਉਹਨਾਂ ਦਾ ਮੁੱਦਾ ਮਹਿੰਦਰ ਭਗਤ ਨੂੰ ਜਿਤਾਉਣਾ ਜਾਂ ਨਾ ਜਿਤਾਉਣ ਤੱਕ ਨਹੀਂ ਆ, ਸਿਰਫ ਤੇ ਸਿਰਫ ਮੰਤਵਾ ਕਿ ਆਪਣੀ ਮੁੱਛ ਦਾ ਸਵਾਲ ਕਿ ਹਾਈਕਮਾਨ ਦੇ ਵਿੱਚ ਮੈਂ ਇਹ ਆਪਣਾ ਵਿਅਕਤ ਕਰਨਾ ਆ ਕਿ ਹਾਂ ਵੀ ਲੋਕਾਂ ਦੇ ਵਿੱਚ ਅਜੇ ਵੀ ਮੇਰੀ ਅਕਸ ਕਾਇਮ ਆ, ਲੋਕਾਂ ਅਜੇ ਵੀ ਮੈਨੂੰ ਪਸੰਦ ਕਰਦੇ ਆ, ਜਿਸ ਨੂੰ ਅਸਲ ਦੇ ਵਿੱਚ ਸੁਖਵਿੰਦਰ ਜੀ ਖੋਰਾਜ ਲੱਗ ਚੁੱਕਾ। ਭਗਵੰਤ ਮਾਨ ਉਹਨਾਂ ਦਾ ਮੰਤਵ ਸਿਰਫ ਤੇ ਸਿਰਫ ਆਪਣੀ ਕੁਰਸੀ ਨੂੰ ਜਾਂ ਆਪਣੇ ਆਪ ਨੂੰ ਹਾਈਕਮਾਨ ਦੀਆਂ ਨਜ਼ਰਾਂ ਦੇ ਵਿੱਚ ਇਹ ਸਾਬਤ ਕਰਦਾ ਆ ਕਿ ਪੰਜਾਬ ਦੇ ਲੋਕ ਅੱਜ ਵੀ ਵਿਸ਼ਵਾਸ ਕਰਦੇ ਆ। ਇਸ ਕਰਕੇ ਉਹਨਾਂ ਦਾ ਇਹ ਐਲਾਨ ਜਿਹੜਾ ਰਣਨੀਤਿਕ ਤੌਰ ਤੇ ਚੋਣ ਦੀ ਰਣਨੀਤੀ ਤੌਰ ਤੇ ਉਹਨਾਂ ਨੇ ਕੀਤਾ, ਇਹਦੇ ਵਿੱਚ ਕੋਈ ਲੱਗਦਾ ਲੁਗਦਾ ਨਹੀਂ ਹੈ ਕਿ ਹਾਂ ਵੀ ਮਹਿੰਦਰ ਭਗਤ ਜਿੱਤ ਗਿਆ ਤੇ ਅਗਲੇ ਦਿਨ ਉਹ ਮੰਤਰੀ ਬਣ ਜਾਣਗੇ। ਬਾਕੀ ਪਤਾ ਨਹੀਂ ਹੁੰਦਾ, ਚਲੋ ਠੀਕ ਹੈ ਜੇ ਬਣ ਵੀ ਜਾਣ ਸਾਨੂੰ ਉਹਦਾ ਕੀ ਸਮੱਸਿਆ, ਇਹ ਤਾਂ ਪਾਰਟੀ ਨੇ ਵੇਖਣਾ। ਪਰ ਜ਼ਿਆਦਾ ਤੌਰ ਤੇ ਇਹੋ ਜਿਹੇ ਐਲਾਨ ਹੀ ਸਿੱਧੂ ਸਾਹਿਬ ਹੁੰਦੇ ਆ ਜੀ। ਚਲੋ ਅਨਕ ਸਾਹਿਬ, ਤੁਸੀਂ ਸਰਨਾ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ।
ਰਾਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਵੱਲੋਂ ਇਹਨਾਂ ਖ਼ਬਰਾਂ ਤੇ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।